ਇਹ ਸਿਸਟਰ ਇਹਨਾਂ ਦਾ ਨਾਮ ਮਨਜੀਤ ਕੌਰ ਔਰ ਇਹ ਪਿੰਡ ਟੋਲੋ ਨੰਗਲ ਦੇ ਰਹਿਣ ਵਾਲੇ ਆ ਇਹਨਾਂ ਦੀ ਗਵਾਹੀ ਇਹਨਾਂ ਦੇ ਬੇਟੇ ਦੀ ਗਵਾਹੀ ਆ ਇਹਨਾਂ ਦੀ ਗਵਾਹੀ ਬਹੁਤ ਵੱਡੀ ਗਵਾਹੀ ਆ ਪਰਮੇਸ਼ਵਰ ਨੇ ਬਹੁਤ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਅਦਭੁਤ ਕੰਮ ਕੀਤੇ ਆ ਇਹ ਸਿਸਟਰ ਦੱਸਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਬੇਟੇ ਦੇ ਉੱਪਰ ਕੀ ਹਾਲਾਤ ਸੀ ਇਹਨਾਂ ਦਾ ਬੇਟਾ ਜਦੋਂ ਪੈਦਾ ਹੋਇਆ ਉਦੋਂ ਹੀ ਦਿਮਾਗੀ ਪ੍ਰੋਬਲਮ ਸੀ ਦਿਮਾਗ ਦੀ ਪ੍ਰੋਬਲਮ ਸੀ ਅੱਜ ਇਹਨਾਂ ਦਾ ਬੇਟਾ 26 ਸਾਲ ਦਾ ਹੋ ਚੁੱਕਾ ਪਰ ਇਹਨਾਂ ਨੇ ਦੁਨੀਆ ਤੇ ਕੋਈ ਵੀ ਡਾਕਟਰ ਨਹੀਂ ਛੱਡਿਆ ਹਰ ਜਗ੍ਹਾ ਤੋਂ ਉਹਨੂੰ ਮੈਡੀਸਿਨ ਲੈ ਕੇ ਦਿੱਤੀ ਹਰ ਜਗ੍ਹਾ ਤੋਂ ਉਹਨਾਂ ਦਾ ਇਹਨਾਂ ਨੇ ਟ੍ਰੀਟਮੈਂਟ ਕਰਵਾਇਆ ਪਰ ਇਹਨਾਂ ਨੂੰ ਕਿਤਿਓ ਵੀ ਫਰਕ ਨਹੀਂ ਸੀ ਪੈਂਦਾ ਇਹਨਾਂ ਦੇ ਬੇਟੇ ਨੂੰ ਇਹ ਬਹੁਤ ਹੀ ਪਰੇਸ਼ਾਨ ਸੀ ਆਪਣੇ ਹਾਲਾਤਾਂ ਤੋਂ ਕਿਉਂਕਿ 26 ਸਾਲ ਦੇ ਬੇਟੇ ਨੂੰ ਸਾਂਭਣਾ ਬਹੁਤ ਹੀ ਮੁਸ਼ਕਲ ਵਾਲੀ ਗੱਲ ਆ ਅੱਜ ਕੱਲ ਦੇ ਜ਼ਮਾਨੇ ਵਿੱਚ ਇੱਕ 26 ਸਾਲ ਦਾ ਜੋ ਇਹਨਾਂ ਦਾ ਬੇਟਾ ਜੋ ਕਮਾਉਣ ਦੇ ਲਾਇਕ ਹੋਵੇ ਤੇ ਉਹ ਦਿਮਾਗੀ ਪ੍ਰੋਬਲਮ ਦੇ ਨਾਲ ਜੂਝਦਾ ਹੋਵੇ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਇਸ ਗੱਲ ਤੋਂ ਪਰੇਸ਼ਾਨ ਸੀ ਇਹਨਾਂ ਨੂੰ ਇਸ ਮਿਨਿਸਟਰੀ ਬਾਰੇ ਜਦੋਂ ਪਤਾ ਲੱਗਾ ਇਹਨਾਂ ਨੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਣਾ ਸ਼ੁਰੂ ਕੀਤਾ ਇਹ ਸਿਸਟਰ ਆਪਣੀ ਗਵਾਹੀ ਦੇ ਵਿੱਚ ਦੱਸਦੇ ਨੇ ਕਿ ਇਹਨਾਂ ਦੇ ਬੇਟੇ ਨੂੰ ਦਿਮਾਗੀ ਦੌਰੇ ਪੈਂਦੇ ਹੁੰਦੇ ਸੀ ਦੋ ਇਹਨਾਂ ਨੂੰ ਦਿਨ ਦੇ ਵਿੱਚ ਇਹਨਾਂ ਦੇ ਬੇਟੇ ਨੂੰ 1-2 ਵਾਰ ਜਿੱਦਾਂ 3 ਵਾਰ ਇਹਨਾਂ ਨੂੰ ਦਿਮਾਗੀ ਦੌਰੇ ਇਹਨਾਂ ਦੇ ਬੇਟੇ ਨੂੰ ਪੈਂਦੇ ਹੁੰਦੇ ਸੀ ਇਹ ਬਹੁਤ ਪਰੇਸ਼ਾਨ ਸੀ ਇਹਨਾਂ ਨੂੰ ਹਰ ਟਾਈਮ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਸੀ ਇੱਕ ਜਣਾ ਉਹਦੇ ਹਮੇਸ਼ਾ ਕੋਲ ਰਹਿੰਦਾ ਸੀ ਇਹ ਸਿਸਟਰ ਆਪਣੀ ਗਵਾਹੀ ਦੇ ਵਿੱਚ ਦੱਸਦੇ ਨੇ ਕਿ ਇਹਨਾਂ ਨੇ ਬਹੁਤ ਜਗ੍ਹਾ ਤੋਂ ਟ੍ਰੀਟਮੈਂਟ ਕਰਵਾਇਆ ਪਰ ਇਹਨਾਂ ਨੂੰ ਕੋਈ ਵੀ ਫਰਕ ਨਹੀਂ ਸੀ ਲੱਗਦਾ ਕਿਤੇ ਵੀ ਹਰ ਜਗ੍ਹਾ ਤੋਂ ਇਹਨਾਂ ਨੇ ਮਹਿੰਗੀ ਤੋਂ ਮਹਿੰਗੀ ਦਵਾਈ ਉਹਨਾਂ ਨੂੰ ਖਵਾਈ ਇਹ ਸਿਸਟਰ ਦੱਸਦੇ ਨੇ ਇਸ ਜਗ੍ਹਾ ਤੋਂ ਇਹਨਾਂ ਨੇ ਜਦੋਂ ਆਉਣਾ ਸ਼ੁਰੂ ਕੀਤਾ ਇਹ ਸਿਸਟਰ ਆਪਣੀ ਗਵਾਹੀ ਦੇ ਵਿੱਚ ਦੱਸਦੇ ਨੇ ਪ੍ਰਭੂ ਤੇ ਸਵਰਗੀ ਦੂਤ ਜਦੋਂ ਪ੍ਰਭੂ ਦੇ ਦਾਸ ਇਸ ਜਗ੍ਹਾ ਤੇ ਪ੍ਰੋਫੈਸੀ ਕਰਦੇ ਸੀ ਕਿ ਪਰਮੇਸ਼ਵਰ ਦੇ ਸਵਰਗੀ ਦੂਤ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਲਪਰ ਹੋਣਗੇ ਇਹ ਸਿਸਟਰ ਦੱਸਦੇ ਨੇ ਕਿ 14 ਤਰੀਕ ਤੇ ਪ੍ਰੋਫੈਸੀ ਹੋਈ ਇਹ ਸਿਸਟਰ ਆਪਣੇ ਬੇਟੇ ਦੀ ਦਵਾਈ ਲੈਣ ਵਾਸਤੇ ਜਦੋਂ ਹਸਪੀਟਲ ਦੇ ਲਈ ਜਾ ਰਹੇ ਸੀ ਇਹ ਸਿਸਟਰ ਨੂੰ ਰਸਤੇ ਦੇ ਵਿੱਚ ਪ੍ਰਭੂ ਦੇ ਸਵਰਗੀ ਦੂਤ ਇਨਸਾਨ ਦੇ ਰੂਪ ਵਿੱਚ ਮਿਲੇ ਇਹ ਸਿਸਟਰ ਦੱਸਦੇ ਨੇ ਕਿ ਜੋ 26 ਸਾਲ ਦੇ ਵਿੱਚ ਕਿਤੇ ਵੀ ਦਵਾਈ ਦਾ ਅਸਰ ਨਹੀਂ ਸੀ ਹੁੰਦਾ ਉਹ 26 ਸਾਲ ਦੇ ਵਿੱਚ ਇਹ ਸਿਸਟਰ ਦੱਸਦੇ ਨੇ 26 ਸਾਲ ਦਾ ਬਾਅਦ ਜਦੋਂ ਇਹਨਾਂ ਨੂੰ ਇਸ ਮਿਨਿਸਟਰੀ ਦੇ ਵਿੱਚ ਜਦੋਂ ਬਣੇ ਰਹੇ ਔਰ ਇਹ ਸਿਸਟਰ ਦੱਸਦੇ ਨੇ ਕਿ ਉਹ ਸਵਰਗੀ ਦੂਤਾਂ ਨੇ ਇਹਨਾਂ ਨੂੰ ਮੈਸੇਜ ਦਿੱਤਾ ਕਿ ਤੁਸੀਂ ਆ ਜਿਹੜੀ ਦਵਾਈ ਆ ਜਿਹੜੀ ਮੈਡੀਸਿਨ ਆਪਣੇ ਬੱਚੇ ਨੂੰ ਕਿਸੇ ਵੀ ਮੈਡੀਕਲ ਸਟੋਰ ਤੋਂ ਲਿਆ ਕੇ ਦਿਓ ਇਹ ਸਿਸਟਰ ਦੱਸਦੇ ਨੇ ਕਿ 4 ਦਿਨਾਂ ਦੇ ਵਿੱਚ ਪ੍ਰਭੂ ਨੇ ਉਹਨੂੰ ਸੰਭਾਲ ਕੇ ਰੱਖਿਆ ਅੱਜ ਉਹਨੂੰ 12 ਦਿਨ ਹੋ ਗਏ ਮੈਡੀਸਿਨ ਖਾਂਦਿਆਂ ਉਹ ਬਿਲਕੁਲ 26 ਸਾਲ ਦੀ ਪ੍ਰੋਬਲਮ ਤੋਂ ਬਿਲਕੁਲ ਫ੍ਰੀ ਹੋ ਚੁੱਕਿਆ ਇਸ ਵੱਡੀ ਗਵਾਹੀ ਲਈ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਜੀ ਦਾ ਬਹੁਤ ਸਾਰਾ ਧੰਨਵਾਦ ਕਰਦੇ ਨੇ ਹਾਲੇਲੂਇਆ ਇਹ ਮਹਿਮਾ ਨਹੀਂ ਹੈ ਇਹ ਮਹਿਮਾ ਨਹੀਂ ਹੈ ਬੇਟਾ ਕਿੰਨੇ ਸਮੇਂ ਤੋਂ ਪਰੇਸ਼ਾਨ ਸੀ ਬੱਚਾ 26 ਸਾਲ ਤੋਂ 26 ਸਾਲ ਤੋਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਭਵਨ ਚ ਆਉਂਦਿਆਂ ਮੈਨੂੰ ਇੱਥੇ ਆਉਂਦਿਆਂ 3 ਮਹੀਨੇ ਹੋ ਗਏ 3 ਮਹੀਨੇ ਤੋਂ 26 ਸਾਲ ਦੀ ਪ੍ਰੋਬਲਮ ਹੀ ਜਦੋਂ ਪਿਛਲੀ ਵਾਰ ਬੋਲਿਆ ਗਿਆ ਜਦੋਂ ਪ੍ਰਾਰਥਨਾ ਹੋ ਰਹੀ ਸੀ ਤੁਸੀਂ ਰਿਸੀਵ ਕਰ ਰਹੇ ਸੀ ਔਰ ਜਦੋਂ ਪ੍ਰਾਰਥਨਾ ਹੋਈ ਕਿ ਜਿਹੜੇ ਤੁਹਾਡੇ ਮੈਂਟਲੀ ਕੋਈ ਬੱਚੇ ਜਾਂ ਦਿਮਾਗ ਦੀ ਪ੍ਰੋਬਲਮ ਹੈ ਉਹ ਜਾ ਰਹੀ ਹੈ ਸਵਰਗੀ ਤੋਂ ਛੂਣਗੇ ਤੁਹਾਨੂੰ ਤੁਸੀਂ ਰਿਸੀਵ ਕਰਕੇ ਗਏ ਸੀ ਜਿੱਦਣ ਪ੍ਰਾਰਥਨਾ ਤੁਸੀਂ ਰਿਸੀਵ ਕਰਕੇ ਗਏ ਹੋ ਤੇ ਕਿੰਨੇ ਦਿਨਾਂ ਬਾਅਦ ਉਹ ਬੱਚਾ ਮਤਲਬ ਬਿਲਕੁਲ ਚੰਗਾ ਹੋ ਗਿਆ ਉਸੇ ਦਿਨ ਪਾਪਾ ਜੀ ਸਾਨੂੰ ਇੱਕ ਸਵਰਗ ਦੂਰ ਟਕਰਿਆ ਉਸੇ ਮੈਸੀ ਅੰਮ੍ਰਿਤਸਰ ਗਏ ਅਸੀਂ ਉੱਥੇ ਮੇਰਾ ਬੇਟਾ ਢਿੱਲਾ ਹੋ ਗਿਆ ਜਿਸ ਤਰ੍ਹਾਂ ਪਹਿਲੇ ਹੋ ਗਿਆ ਓਕੇ ਉਸ ਜਗ੍ਹਾ ਤੇ ਸਾਨੂੰ ਸਵਰਗ ਦੂਤ ਮਿਲੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਕਿਤੇ ਵੀ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਉਹਨਾਂ ਸਾਨੂੰ ਇੱਕ ਦਵਾਈ ਬਾਰੇ ਦੱਸਿਆ ਕਹਿੰਦੇ ਕਿ 160 ਰੁਪਏ ਦੀ ਡੱਬੀ ਦਵਾਈ ਦੀ ਆ ਤੁਸੀਂ ਉਹ ਦਵਾਈ ਇਹਨੂੰ ਦਿਓ 3 ਸਾਲ ਦੇ ਵਿੱਚ ਬਿਲਕੁਲ ਠੀਕ ਹੋ ਜਾਏਗਾ ਪਰ ਪਾਪਾ ਜੀ ਹੁਣ 12 ਦਿਨ ਹੋ ਗਏ ਮਤਲਬ ਬਿਲਕੁਲ ਠੀਕ ਆ ਪਹਿਲੇ ਤੇ ਉਹ ਦਿਨ ਦੇ ਵਿੱਚ 3-4 ਵਾਰੀ ਉਹਨੂੰ ਦੌਰਾ ਪੈ ਜਾਂਦਾ ਸੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਮੈਂ ਤੁਹਾਨੂੰ ਦੱਸਦਾ ਇਹਦੀ ਗਵਾਹੀ ਬੇਟੀ ਦੀ 26 ਸਾਲ ਦਾ ਬੱਚਾ ਪਰੇਸ਼ਾਨ ਸੀ ਇਹ ਬੇਟੀ 26 ਸਾਲ ਤੋਂ ਪਰੇਸ਼ਾਨ ਸੀ ਆਪਣੇ ਬੱਚੇ ਨੂੰ ਲੈ ਕੇ ਬੜੇ ਧਿਆਨ ਨਾਲ ਗਵਾਈ ਨੂੰ ਸੁਣਨਾ ਜਦੋਂ ਪ੍ਰਭੂ ਦੀ ਹਜ਼ੂਰੀ ਚ ਆ ਰਹੀ ਸੀ ਇਹਨਾਂ ਨੂੰ ਬੋਲਿਆ ਸੀ ਸਵਰਗੀ ਦੂਤ ਤੁਹਾਡੀ ਡਿਵਾਈਨ ਹੈਲਪਰ ਤੁਹਾਡੀ ਹੈਲਪ ਕਰਨਗੇ ਜੇ ਤੁਹਾਡਾ ਵਿਸ਼ਵਾਸ ਬੱਚਿਆ ਨਹੀਂ ਵਿਸ਼ਵਾਸ ਦੇ ਪਾ ਰਿਹਾ ਤੁਸੀਂ ਵਿਸ਼ਵਾਸ ਦਿਓ ਪਰ ਸਵਰਗੀ ਦੂਤ ਜ਼ਰੀਆ ਬਣਨਗੇ ਤੁਸੀਂ ਗਵਾਈ ਨਾ ਆਉਂਗੇ ਜਿੱਦਣ ਇਹਨਾਂ ਵਾਸਤੇ ਪ੍ਰਾਰਥਨਾ ਹੋਈ ਇਹ ਦੱਸਦੇ ਨੇ ਕਿ ਸਵਰਗੀ ਦੂਤ ਦੇ ਰੂਪ ਦੇ ਵਿੱਚ ਸਾਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਆਹ ਦਵਾਈ ਦੇਣੀ ਸ਼ੁਰੂ ਕਰੋ ਕਹਿੰਦੇ ਇਹ ਪ੍ਰਾਰਥਨਾ ਕਰਕੇ ਅਸੀਂ ਰਿਸੀਵ ਕੀਤਾ ਹੈ ਇਹ ਪਰਮੇਸ਼ਵਰ ਤੇਰੇ ਵੱਲੋਂ ਆ ਕਹਿੰਦੇ ਸਾਡਾ ਬੱਚਾ ਬਿਲਕੁਲ ਚੰਗਾ ਹੋ ਗਿਆ ਔਰ ਪ੍ਰਭੂ ਦਾ ਧੰਨਵਾਦ ਹੈ ਜਿਹੜੀ ਤੁਹਾਡੇ ਦੁਆਰਾ ਪ੍ਰਾਰਥਨਾ ਹੋਈ ਸੀ ਪਰਮੇਸ਼ਵਰ ਨੇ ਛੂਇਆ 26 ਸਾਲ ਦਾ ਰੋਗੀ ਔਨ ਦੀ ਸਪੋਟ ਪ੍ਰਭੂ ਨੇ ਆਜ਼ਾਦ ਕੀਤਾ ਪ੍ਰਭੂ ਯੇਸ਼ੂ ਦੇ ਨਾਮ ਖੁੱਲ ਕੇ ਇੱਕ ਵਾਰੀ ਜ਼ੋਰ ਨਾਲ ਮਹਿਮਾ ਜ਼ੋਰ ਨਾਲ ਮਹਿਮਾ ਜ਼ੋਰ ਨਾਲ ਮਹਿਮਾ ਮੇਰੇ ਪਰਮੇਸ਼ਵਰ ਛੁਟਕਾਰਾ 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 ਯਸੂ ਨਾਮ ਦੀ ਨੇ ਪ੍ਰੀਆ ਛੁਟਕਾਰਾ ਯਸੂ ਨਾਮ
एक बारी खोल के मैं जोरदार मैं मेरे पर जोरदार बिल्कुल फ्री हो चुका है यीशु मसीह ने जो विश्वास करो आमीन।